ਹਾਂਜੀ ਇੱਕ ਵੀਡੀਓ ਬਹੁਤ ਜ਼ਰੂਰੀ ਜ਼ਰੂਰ ਧਿਆਨ ਨਾਲ ਦੇਖਿਓ ਸਾਰੇ ਤੇ ਤੁਹਾਨੂੰ ਮੈਂ ਦੱਸਦਾ ਇਸ ਬਾਰੇ ਤੇ ਆਹ ਦੇਖਿਓ ਫਿਰ ਅੱਜ ਤੋਂ ਤਕਰੀਬਨ 15 ਦਿਨ ਪਹਿਲਾਂ ਦਿੱਲੀ ਵਿੱਚ ਇੱਕ ਅਹਿਮ ਮੀਟਿੰਗ ਹੋਈ ਆ ਅਕਾਲੀ ਦਲ ਬਾਦਲ ਲੀਡਰਸ਼ਿਪ ਦੀ ਔਰ ਭਾਰਤੀ ਜਨਤਾ ਪਾਰਟੀ ਦੀ ਔਰ ਉਸ ਮੀਟਿੰਗ ਨੂੰ ਇਨੀਸ਼ੀਏਟ ਕੀਤਾ ਅਕਾਲੀ ਦਲ ਬਾਦਲ ਔਰ ਸ਼ਿੰਗ ਬਾਦਲ ਤੇ ਧਰਮ ਪਤਨੀ ਹਰ ਸਿਮਰਤ ਕੌਰ ਬਾਦਲ ਨੇ ਬਿਹਾਈਂ ਦਾ ਕਾਟਾ ਅੰਡਰ ਦਾ ਟੇਬਲ ਅਕਾਲੀ ਦਲ ਭਾਜਪਾ ਆਲਰੇਡੀ ਇਕੱਠੇ ਹੈ ਲੇਕਿਨ ਜਿਸ ਤਰੀਕੇ ਨਾਲ ਫਾਰਮਰ ਐਜੂਕੇਸ਼ਨ ਦੇ ਦੌਰਾਨ ਲੋਕਾਂ ਚ ਇਹਨਾਂ ਦੇ ਪ੍ਰਤੀ ਨਫ਼ਰਤ ਪਣੀ ਲੋਕ ਦਿਖਾਵਾ ਕਰ ਲਈਏ ਜਰੂਰ ਆਡਾਟ ਹੋ ਗਏ ਲੇਕਿਨ ਹੁਣ ਅਕਾਲੀ ਦਲ ਬਾਦਲ ਐਂਡ ਹਾਂਜੀ ਇਹ ਦੇਖਿਓਣੇ ਤੁਸੀਂ ਧਿਆਨ ਨਾਲ ਇਹ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਨੇ ਅੱਜ ਇਹਨਾਂ ਦੀ ਸਰਕਾਰ ਵੀ ਆ ਏ ਕਹਿੰਦੇ ਭਾਈ 2024 ਦੇ ਇਲੈਕਸ਼ਨ ਵਿੱਚ ਅਕਾਲੀ ਦਲ ਤੇ ਭਾਜਪਾ ਇਕੱਠੇ ਆਉਣਗੇ ਕਹਿੰਦੇ ਕਿਵੇਂ ਮੂੰਹ ਦਿਖਾਉਣਗੇ ਅਕਾਲੀ ਦਲ ਵਾਲੇ 750 ਕਿਸਾਨਾਂ ਮਜ਼ਦੂਰਾਂ ਨੂੰ ਜਿਹੜੀ ਜਿਨ੍ਹਾਂ ਦੀ ਕਿਸਾਨ ਧਰਨੇ ਦੌਰਾਨ ਜਾਨ ਗਈ ਆ ਉਹਨਾਂ ਦੇ ਪਰਿਵਾਰਾਂ ਨੂੰ ਉਹਨਾਂ ਨੂੰ ਕਿਵੇਂ ਮੂੰਹ ਦਿਖਾਉਣਗੇ ਤਾਂ ਮੈਂ ਤੁਹਾਨੂੰ ਇੱਥੇ ਅਪੀਲ ਕਰਨੀ ਚਾਹੁੰਨਾ ਇੱਥੇ ਕਹਿਣਾ ਚਾਹੁੰਨਾ ਕਿ 326 ਪਰਿਵਾਰਾਂ ਨੂੰ ਸਰਕਾਰੀ ਨੌਕਰੀਆਂ ਮਿਲ ਗਿਆ ਪਿਛਲੀ ਸਰਕਾਰ ਦੇਗੀ तकरीबन 400 ਪਰਿਵਾਰ ਅੱਜ ਵੀ ਦਰਦ-ਦਰ ਠੱਕੇ ਖਾਂਦੇ ਨੇ ਇਹਨਾਂ ਦੇ ਆਫਸਰ ਮਿੱਠੀਆਂ ਗੋਲੀਆਂ ਦੇ ਕੇ ਤੋਰ ਦਿੰਦੇ ਨੇ ਇਹਨਾਂ ਦੇ ਮੰਤਰੀ ਮਿੱਠੀਆਂ ਗੋਲੀਆਂ ਦੇ ਕੇ ਤੋਰ ਦਿੰਦੇ ਨੇ ਖੇਤੀਬਾੜੀ ਮੰਤਰੀ ਉਹ ਨਹੀਂ ਸੁਣਦਾ ਕਿੰਨਿਆਂ ਨੇ ਮੀਟਿੰਗਾਂ ਕਰ ਲਿਆ ਸਾਡੀਆਂ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਨੇ ਮੀਟਿੰਗਾਂ ਕੀਤੀਆਂ ਇਹਨਾਂ ਨਾਲ ਕਿਸਾਨ ਧਰਨੇ ਦੌਰਾਨ ਸਾਡੇ ਸਾਡੇ ਜੀਵਾਂ ਦੀ ਜਾਨ ਗਈ ਸੀ ਮੇਰੇ ਵੀ ਡੈਡੀ ਦੀ ਜਾਨ ਗਈ ਸੀ ਤੇ ਹੋਰ 400 ਪਰਿਵਾਰ ਨੇ ਜਿਹੜੇ ਦਰਦ ਅਰਜਿਤ ੱੱਕੇ ਖਾਂਦੇ ਨੇ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੈਗੀ ਸਪੈਸ਼ਲ ਮੁੱਖ ਮੰਤਰੀ ਨੂੰ ਸਾਡੇ ਜਿਹੜੇ ਕਿਸਾਨ ਪਰਿਵਾਰਾਂ ਵਿੱਚੋਂ ਮੈਂਬਰ ਨੇ ਦੋ ਤਿੰਨ ਵਾਰ ਮੁੱਖ ਮੰਤਰੀ ਨੂੰ ਸਪੈਸ਼ਲ ਮਿਲਿਏ ਹੋਏ ਨੇ ਮੁੱਖ ਮੰਤਰੀ ਕਹਿੰਦਾ ਬਹੁ ਛੇਤੀ ਤੁਹਾਡਾ ਹੱਲ ਕਰਾਂਗੇ ਇਹਨਾਂ ਦੇ ਓਐਸਡੀ ਬਹੁ ਛੇਤੀ ਕਹਿੰਦੇ ਨੇ ਹੱਲ ਕਰਾਂਗੇ ਪਰ ਤੁਹਾਨੂੰ ਪਤਾ ਤਕਰੀਬਨ ਡੇਢ ਸਾਲ ਹੋ ਗਿਆ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਪੰਜਾਬ ਦੇ ਵਿੱਚ ਪਰ ਅੱਜ ਤੱਕ ਇਹਨਾਂ ਨੇ ਹੱਲ ਨਹੀਂ ਕੀਤਾ ਹੈਗਾ ਦੇਖੋ ਇੱਕ ਪਾਸੇ ਦੂਜਿਆਂ ਨੂੰ ਨਿੰਦੀ ਜਾਂਦੇ ਨੇ ਉਹ ਮਾੜੇ ਨੇ ਉਹ ਮਾੜੇ ਨੇ ਕਿਵੇਂ ਮੂੰਹ ਦਿਖਾਉਣਗੇ ਤੁਸੀਂ ਕਿਵੇਂ ਮੂੰਹ ਦਿਖਾਉਨੇ ਹੋ ਤੁਹਾਨੂੰ ਤਾਂ ਇੰਨਾ ਪਿਆਰ ਦਿੱਤਾ ਸੀ ਸਾਰਿਆਂ ਨੇ ਇੰਨਾ ਸਤਿਕਾਰ ਕੀਤਾ ਸੀ ਕਿਸਾਨ ਧਰਨੇ ਦੌਰਾਨ ਸਾਰੀਆਂ ਪਾਰਟੀਆਂ ਦੇ ਮੈਂਬਰ ਆਗੂ ਕੁੱਟੇ ਗਏ ਸੀ ਇਹਨਾਂ ਦਾ ਵਿਰੋਧ ਬਹੁਤ ਕੀਤਾ ਸੀ ਤੁਹਾਡਾ ਤਾਂ ਕਿਸੇ ਨੇ ਵਿਰੋਧ ਵੀ ਨਹੀਂ ਕੀਤਾ ਸੀ ਤੁਹਾਨੂੰ ਇੰਨਾ ਸਤਿਕਾਰ ਦਿੱਤਾ ਇੰਨਾ ਮਾਨ ਸਤਿਕਾਰ ਦਿੱਤਾ 92 ਚ ਤਾਂ ਇਹਨੇ ਐਮਐਲਏ ਤੁਹਾਡੇ ਬਣਾਏ ਨੇ ਮੈਂਬਰ ਬਣਾਏ ਨੇ ਤਾਂ ਤੁਸੀਂ ਕਿਉਂ ਨਹੀਂ ਦਿੰਦੇਗੇ ਸਰਕਾਰੀ ਨੌਕਰੀਆਂ 400 ਪਰਿਵਾਰਾਂ ਨੂੰ ਤੇ 3-3 ਲੱਖ ਮੁਆਵਜ਼ਾ ਜਿਹੜਾ 22 ਮਈ 2022 ਨੂੰ ਚੰਡੀਗੜ੍ਹ ਵਿੱਚ ਪੌਣਤਮਾਨ ਤੇਲੰਗਾਨਾ ਦਾ ਮੁੱਖ ਮੰਤਰੀ ਤੇ ਕੇਜਰੀਵਾਲ ਨੇ ਸਾਨੂੰ ਬੁਲਾ ਕੇ ਦਿੱਤਾ ਸੀ ਜਿਹੜਾ ਅੱਜ ਤੱਕ ਅੱਧੇ ਪਰਿਵਾਰਾਂ ਦਾ ਸਾਡਾ 1 ਰੁਪਿਆ ਨਹੀਂ ਆਇਆ ਹੈਗਾ ਉਹ ਕੌਣ ਖਾ ਗਿਆ ਕਿੱਥੇ ਗਿਆ ਦੱਸੋ ਕੋਈ ਸੁਣਵਾਈ ਨਹੀਂ ਕਰਦਾ ਹੈਗਾ ਇਸ ਦੀ ਅਸੀਂ ਦਰਦਰ ਤੱਕੇ ਖਾਨੇ ਆ ਥਾਂ ਦਾ ਪੜਕਦੇ ਫਿਰਦੇ ਆ ਸੋ ਅਸੀਂ ਸਾਰੀ ਸਾਰਿਆਂ ਨੂੰ ਪੰਜਾਬ ਵਾਸੀਆਂ ਨੂੰ ਅਪੀਲ ਕਰਦਾ ਕਿ ਇਹ ਬਹੁਤ ਝੂਠ ਬੋਲਦੇ ਨੇ ਨੀਰਾ ਪਖੰਡ ਕਰਦੇ ਨੇ ਥਾਂ ਥਾਂ ਤੇ ਇਹ ਸਾਈਨ ਬੋਰਡ ਲਾਉਂਦੇ ਨੇ ਤੇ ਮਸ਼ਹੂਰੀਆਂ ਹੀ ਕਰੀ ਜਾਂਦੇ ਨੇ ਕਹਿੰਦੇ 36000 ਸਰਕਾਰੀ ਨੌਕਰੀਆਂ ਦੇਤੀਆ ਥਾਂ ਥਾਂ ਪਿੱਟ ਦੇ ਫਿਰਦੇ ਨੇ ਪਰ ਆ ਤੁਹਾਡੇ ਸਾਹਮਣੇ ਅਸੀਂ 400 ਪਰਿਵਾਰ ਅੱਜ ਵੀ ਬੈਠਾ ਜਿਹੜਾ ਸਰਕਾਰੀ ਨੌਕਰੀਆਂ ਤੇ ਮੁਆਵਜ਼ੇ ਤੋਂ ਵੀ ਹੱਲੇ ਬਾਂਜੇ ਫਿਰਦੇ ਆ ਕੋਈ ਸੁਣਵਾਈ ਨਹੀਂ ਹੈਗੀ ਇਹ ਦੂਜੇ ਸਾਹਮਣੇ ਬੜਾ ਸੱਚੇ ਸੁੱਚੇ ਬਣਦੇ ਨੇ ਇਹ ਦਿੱਲੀ ਕਿਸਾਨ ਧਰਨੇ ਵੇਲੇ ਕਹਿੰਦੇ ਅਸੀਂ ਵਾਈਫਾਈ ਲਾਇਆ ਲੈਟਰੀਨਾਂ ਦਿੱਤੀਆਂ ਨੇ ਲੰਗਰ ਚ ਵੀ ਅਸੀਂ ਮਦਦ ਕਰਦੇ ਆ ਦਿੱਲੀ ਦਾ ਉਦੋਂ ਮੁੱਖ ਮੰਤਰੀ ਕਹਿੰਦਾ ਸੀ ਤਾਂ ਹੁਣ ਇਹਨਾਂ ਨੂੰ ਕੀ ਹੋ ਗਿਆ ਹੁਣ ਕਿਉਂ ਬਿਮਾਰੀ ਪੈਂਦੀ ਹੈ ਇਹਨਾਂ ਨੂੰ ਹੁਣ ਦੱਸੋ ਉਹ ਪਿੱਛੇ ਜੇ ਪ੍ਰੀਤਮ ਸਿੰਘ ਬਯੁਰਗ ਦੇ ਮਾਰ ਮਾਰੇ ਇਹਨਾਂ ਨੇ ਸੌਟੀਆਂ ਪੁਲਿਸ ਵਾਲਿਆਂ ਨੇ ਉਹਦੇ ਵਿਚਾਰੇ ਦੀ ਮੌਤ ਹੋ ਗਈ ਉਹ ਬੰਦੇ ਦੀ ਇਹ ਕਹਿੰਦੇ ਅਸੀਂ ਥੋੜੀ ਸਰਕਾਰ ਸਾਡੀ ਸਰਕਾਰ ਵੇਲੇ ਧਰਨਾ ਨਹੀਂ ਲੱਗੂਗਾ ਪਰ ਅੱਜ ਥਾਂ-ਥਾਂ ਤੇ ਧਰਨੇ ਲੱਗਦੇ ਨੇ ਕਿਉਂਕਿ ਇਹਨਾਂ ਦੀ ਗਲਤ ਨੀਤੀਆਂ ਨੇ ਇਹ ਜਿਹੜਾ ਵੀ ਫੈਸਲਾ ਲੈਂਦੇ ਨੇ ਬਾਅਦ ਚ ਬਦਲ ਵੀ ਦਿੰਦੇ ਨੇ ਮਾਫੀ ਵੀ ਮੰਗ ਲੈਂਦੇ ਨੇ ਕਹਿੰਦੇ ਫੈਸਲਾ ਗਲਤ ਹੋ ਗਿਆ ਸੀ ਤਾਂ ਤੁਸੀਂ ਦੱਸੋ ਹੁਣ ਕੀ ਕਰਿਆ ਜਾਵੇ ਸਾਰੇ ਕਿਸਾਨ ਜਥੇਬੰਦੀਆਂ ਨੂੰ ਅਪੀਲ ਕਰਦੇ ਆ ਕਿ ਇਕੱਠੀਆਂ ਹੋ ਜਾਵੋ ਜਿਹੜੇ ਤੁਹਾਡੇ ਮਤ ਭੇਦ ਨੇ ਭੁਲਾ ਕੇ ਇਕੱਠੀਆਂ ਹੋ ਜਾਓ ਵੇ ਸਰਕਾਰਾਂ ਝੂਠ ਬੋਲਦੀ ਆ ਇਹਨਾਂ ਦੇ ਵਿਰੁੱਧ ਲੜਵਾਓ ਮੈਦਾਨ ਵਿੱਚ ਆਓ ਤੇ ਸਾਰੇ ਪੰਜਾਬਦਰਦਿਆਂ ਨੂੰ ਅਪੀਲ ਕਰਦਾ ਕਿ ਇਹ ਸਰਕਾਰ ਆਮ ਆਦਮੀ ਸਰਕਾਰ ਝਾੜੂ ਸਰਕਾਰ ਇਹ ਦਿੱਲੀ ਦੇ ਲਾਲੇ ਅਪਵੰਤਮਾਨ ਉਹਨੇ ਸਾਰੇ ਝੂਠ ਬੋਲਦੇ ਨੇ ਕੁਝ ਨਹੀਂ ਕਰਦੇ ਹੈਗੇ ਆ ਤੁਹਾਡੇ ਸਾਹਮਣੇ ਆ 400 ਪਰਿਵਾਰ ਅੱਜ ਵੀ ਬੈਠਾ ਮੇਰੇ ਕੋਲ ਡਾਟਾ ਲੈ ਕੇ ਚਲੇ ਜਾਓ ਮੇਰੇ ਨਾਲ 200 ਪਰਿਵਾਰ ਜੁੜੇ ਹੋਇਆ ਜਿਨ੍ਹਾਂ ਨੂੰ ਨੌਕਰੀਆਂ ਮੁਆਵਜ਼ਾ ਨਹੀਂ ਮਿਲਿਆ ਹੋਇਆ ਅੱਜ ਤੱਕ ਮੈਂ ਕੱਲੇ-ਕੱਲੇ ਦੇ ਪ੍ਰੂਫ ਦੇ ਦਊਗਾ ਤੁਹਾਨੂੰ ਕੋਈ ਇਹਦੇ ਚੋਹੋ ਨਹੀਂਗਾ ਜੇ ਅਸੀਂ ਕੱਲੂ ਕਿਸੇ ਹੋਰ ਪਾਰਟੀਆਂ ਕੋਲ ਜਾਈਏ ਮੰਨ ਕੇ ਚਲੋ ਅਕਾਲੀ ਦਲ ਜਾਂ ਕਿਸੇ ਹੋਰ ਕਾਂਗਰਸੀਆ ਕੋਲ ਚਲੇ ਜਾਈਏ ਤਾਂ ਇਹ ਫੇਰ ਕਹਿਣਗੇ ਰਾਜਨੀਤੀ ਕਰਦੇ ਨੇ ਦੱਸੋ ਹੁਣ ਕੌਣ ਸੁਣਵਾਈ ਕਰੂੰਗਾ ਸਾਡੀ ਸਾਰਿਆਂ ਨੂੰ ਅਪੀਲ ਕਰਦਾ ਕਿ ਇਹ ਝੂਠ ਬੋਲਦੇ ਨੇ ਦਾ ਪਖੰਡ ਕਰਦੇ ਨੇ ਕੁਛ ਨਹੀਂ ਅਸਰ ਕਰਦੇ ਤੁਸੀਂ ਉਹ ਦੱਸ ਦੋ 36000 ਕਿਹੜੇ ਆਪਣੇ ਨੌਜਵਾਨਾਂ ਨੂੰ ਨੌਕਰੀਆਂ ਦੇ ਦੀਆ 400 ਆ 1.5 ਸਾਲ ਹੋ ਗਿਆ ਇਹਨਾਂ ਨੂੰ ਕਿਸਾਨ ਧਰਨੇ ਵਾਲਿਆਂ ਨੂੰ ਨੀ ਨੌਕਰੀ ਅੱਜ ਤੱਕ ਦਿੱਤੀਆਂ ਇਹਨਾਂ ਨੇ ਸਾਰਿਆਂ ਨੂੰ ਅਪੀਲ ਕਰਦਾ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਹਰ ਇੱਕ ਤੱਕ ਪਹੁੰਚ ਜਾਵੇ ਤੇ ਇਹਨਾਂ ਨੇ ਗਰੰਟੀ ਬੜੀਆ ਗਰੰਟੀਆਂ ਦੇਂਦੇ ਹੁੰਦੇ ਸੀ ਸਰਕਾਰ ਆਉਣ ਤੋਂ ਪਹਿਲਾਂ ਆਹਾ ਕਿ ਜਿਹੜਾ ਆਲ ਕਹਿੰਦਾ ਸੀ ਗਰੰਟੀ ਦਿੰਨੇ ਆ ਤਿੰਨ ਮਹੀਨਿਆਂ ਵਿੱਚ ਨਸ਼ਾ ਖਤਮ ਹੋ ਜਾਊਗਾ ਜਦੋਂ ਸਾਡੀ ਸਰਕਾਰ ਆ ਗਈ ਤੁਹਾਨੂੰ ਪਤਾ ਰੋਜ਼ ਕੋਈ ਨਾ ਕੋਈ ਨੌਜਵਾਨ ਚਿੱਟਾ ਪੀ ਕੇ ਨਸ਼ੇ ਕਰਕੇ ਮਰਦਾ ਅੱਜ ਦੇ ਟਾਈਮ 'ਚ ਪੰਜਾਬ 'ਚ ਵੱਧ ਵਧੇ ਨੇ ਪਹਿਲਾਂ ਵਾਲੀਆਂ ਸਰਕਾਰਾਂ ਨਾਲੋਂ ਨਸ਼ੇ ਉਦੋਂ ਬਾਅਦ ਇਹਨਾਂ ਨੇ ਕਿਹਾ ਸੀ ਕਿ ਜਦੋਂ ਸਾਡੀ ਸਰਕਾਰ ਬਣਗੀ ਤਾਂ 1 ਅਪ੍ਰੈਲ ਤੋਂ ਕੋਈ ਵੀ ਕਿਸਾਨ ਖੁਦਕੁਸ਼ੀ ਨਹੀਂ ਕਰੂਗਾ ਤੇ ਅੱਜ ਡਾਟਾ ਕੱਢ ਕੇ ਦੇਖ ਲਓ ਤਕਰੀਬਨ 70-80 ਕਿਸਾਨਾਂ ਨੇ ਖੁਦਕੁਸ਼ੀ ਕਰ ਲਈ ਤੁਹਾਡੇ ਸਾਹਮਣੇ ਡਾਟਾ ਚੈੱਕ ਕਰ ਲਿਓ ਕੱਢ ਕੇ ਬਹੁ ਇਹ ਕਹਿੰਦੇ ਸੀ ਸਿੱਧੀ ਬਜਾਈ ਛੋਨੇ ਦੀ ਲਾਓ ਪਾਣੀ ਬਚਾਉਣਾ ਪੇ 15 1500 ਖਾਤੇ ਚ ਪਾਵਾਂਗੇ ਕਿਹਦਾ ਪਾਇਆ ਤੁਸੀਂ ਦੱਸੋ ਇਹ ਕਹਿੰਦੇ 20000 ਅਸੀਂ ਮੁਆਵਜ਼ਾ ਦੇਵਾਂਗੇ ਜਿਨ੍ਹਾਂ ਜੜੇ ਕਿਸਾਨ ਦੀ ਇੱਕ ਕਿੱਲਾ ਫਸਲ ਖਰਾਬ ਹੋ ਗਈ ਤਾਂ ਤੁਹਾਨੂੰ ਵੀ ਪਤਾ ਜਿ ਮੁਆਵਜ਼ਾ ਕਈਆਂ ਨੂੰ ਮਿਲਦਾ ਤੇ ਜਿਨ੍ਹਾਂ ਨੂੰ ਮਿਲਦਾ ਉਹ ਵੀ ਪਤਾ ਹੀ ਤੁਹਾਨੂੰ ਕਿਸ ਹਿਸਾਬ ਨਾਲ ਮਿਲਦਾ 4-5 ਕੁ ਹਜ਼ਾਰ ਕਿੱਲੇ ਦੇ ਹਿਸਾਬ ਨਾਲ ਮਿਲਦਾ ਕਿੱਥੇ 20-20 ਹਜ਼ਾਰ ਦੇਣ ਦੀਆਂ ਗੱਲਾਂ ਕਰਦੇ ਸੀ ਸੋ ਸਾਰਿਆਂ ਨੂੰ ਅਪੀਲ ਕਰਦਾ ਕਿ ਇਕੱਠੇ ਹੋ ਜਓ ਸਾਰਿਆਂ ਨੂੰ ਅਪੀਲ ਕਰਦੇ ਆ ਬਾਰ-ਬਾਰ ਅਪੀਲ ਕਰਦੇ ਇਕੱਠੇ ਹੋ ਜਓ ਰਲ ਮਿਲ ਕੇ ਰਹੋ ਤੇ ਆ ਜਿਹੜੇ ਝੂਠ ਬੋਲਦੇ ਆ ਇਹਨਾਂ ਨੂੰ ਨੰਗੇ ਕਰਦੇ ਇਹਨਾਂ ਦਾ ਵਿਰੋਧ ਕਰੋ ਇਹਨਾਂ ਦਾ ਕੋਈ ਤੁਸੀਂ ਉਹ ਨਾ ਕਰੋ ਕਿ ਤੁਸੀਂ ਉਹ ਚੁਣੇ ਤੁਹਾਡੇ ਚੋਂ ਨਿਕਲੇ ਹੋਏ ਨੇ ਕੋਈ ਵੱਡੇ ਉੱਪਰੋਂ ਰੱਬ ਨਹੀਂ ਆ ਕੇ ਬਣ ਕੇ ਛੇੜਾ ਤੁਹਾਡੇ ਕੁਝ ਕਰ ਦੇਣਗੇ ਆ ਇਲੈਕਸ਼ਨ ਆ ਜਾਣੀਆਂ ਲੋਕ ਸਭਾ ਦੀਆਂ ਦਿਖਾ ਦਿਓ ਇਹਨਾਂ ਨੂੰ ਕੀ ਹੁੰਦੀ ਔਕਾਤ ਦਿਖਾ ਦਿਓ ਇਹਨਾਂ ਨੂੰ ਲੋਕਾਂ ਦੀ ਪਾਵਰ ਕੀ ਹੁੰਦੀ ਆ ਸੋ ਸਾਰਿਆਂ ਨੂੰ ਅਪੀਲ ਕਰਦੇ ਆ ਕਿਸਾਨ ਜੱਥੇਬੰਦਿਆਂ ਨੂੰ ਕੀ ਅੱਜ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ 400 ਪਰਿਵਾਰ ਦਰਦਰ ਧੱਕੇ ਖਾਂਦੇ ਆ ਕਾਲੂ ਜਦੋਂ ਜੇ ਯਾਰ ਤੇਲਗਾਨਾ ਦੀ ਸਰਕਾਰ ਚੇਂਜ ਹੋ ਗਈ ਉਧਰ ਹੋਰ ਮੁੱਖ ਮੰਤਰੀ ਆ ਗਿਆ ਹੋਰ ਪਾਰਟੀ ਦਾ ਤਾਂ ਸਾਡੀ ਸੁਣਵਾਈ ਕਿਨੇ ਕਰਨੀ ਉੱਥੋਂ ਤਾਂ ਇੱਕ ਪੈਸਾ ਨਹੀਂ ਆਉਣਾ ਜਿਹੜਾ 3-3 ਲੱਖ ਮੁਆਵਜ਼ਾ ਅੱਜ ਤੱਕ ਨਹੀਂ ਮਿਲਿਆ ਬਹੁਤ ਵੱਡੀ ਗੱਲ ਆ ਏ ਏਡੀ ਬੜੀ ਗੱਲ ਹੋ ਗਈ ਅੱਦੇ ਪਰਿਵਾਰਾਂ ਨੂੰ ਮੁਆਵਜ਼ੇ ਨਹੀਂ ਆਇਆ ਸਾਨੂੰ ਅੱਜ ਤੱਕ ਤਿੰਨ ਮੁੱਖ ਮੰਤਰੀਆਂ ਦੀ ਹਾਜ਼ਰੀ ਚ ਦਿੱਤਾ ਸੀ ਸੋ ਇਹਨੂੰ ਸਾਡਾ ਪੰਜਾਬ ਦਾ ਮੀਡੀਆ ਜਿਹੜਾ ਖਬਰ ਵਾਲੇ ਉਹ ਬਿਕਾਊ ਹੋਏ ਪੈ ਨੇ ਤਕਰੀਬਨ ਬਿਕਾਊ ਹੋ ਗਏ ਉਹ ਬਿਕਾਊ ਮਾਲ ਹੋ ਗਏ ਸਾਡੀ ਕੋਈ ਸੁਣਵਾਈ ਨਹੀਂ ਸਾਡੀ ਕੋਈ ਖਬਰੇ ਨਹੀਂ ਲਾਉਂਦੇ ਹੈਗੇ ਜਿਹੜੇ ਮਾੜੇ ਮੋٹے ਸੱਚੇ ਸੂੱਚੇ ਬੋਲਦੇ ਨੇ ਉਹਨਾਂ ਨੂੰ ਵਿਚਾਰਿਆਂ ਨੂੰ ਉਹਨਾਂ ਦੇ ਚੈਨਲਾਂ 'ਤੇ ਕਾਰਵਾਈ ਕੀਤੀ ਜਾਂਦੀ ਹੈ ਉਹਨਾਂ ਦੀ ਤੇ ਰੀਚ ਘਟਦੀ ਹੈ ਉਹਨਾਂ ਨੂੰ ਵਿਊ ਨਹੀਂ ਹੁੰਦੇ ਹੈਗੇ ਇਹ ਜੀ ਐਨ ਕੰਮੀ ਸਰਕਾਰਾਂ ਉਹਨਾਂ ਨੇ ਕਮਾਈ ਬੰਦ ਕਰਤੀ ਉਹਨਾਂ ਚੈਨਲਾਂ ਦੀ ਤੇ ਵਿਚ ਵਿੱਚ ਜਿਹੜੇ ਬੰਦੇ ਇੱਥੇ ਆਪਣੇ ਕਹਿੰਦੇ ਅਸੀਂ ਪੰਜਾਬ ਦੇ ਹੱਕਾਂ ਲਈ ਨੌਜਵਾਨਾਂ ਨਾਲ ਖੜਦੇ ਆ ਉਹ ਬੰਦੇ ਵੀ ਅੱਜ ਭਗੋੜੇ ਹੋ ਗਏ ਮੈਂ ਲਖੇ ਸਦਾਣੇ ਨੂੰ ਮਿਲਣ ਗਿਆ ਸੀ ਉਹ ਬੰਦੇ ਨੇ 1 ਮਿੰਟ ਮੇਰੀ ਗੱਲ ਨਹੀਂ ਖੜ ਕੇ ਚੱਜ ਨਾਲ ਸੁਣੀ ਹੈਗੀ ਮੈਂ ਉਹਨੂੰ ਕਿਹਾ ਬਾਈ ਤੇ ਆਪ 326 ਨੂੰ ਸਰਕਾਰੀ ਨੌਕਰੀ ਪਿਛਲੇ ਸਾਲ ਚੰਨੀ ਦੇ ਗਿਆ ਕਹਿੰਦਾ ਦਿਖਾ ਪ੍ਰੂਫ ਕਿੱਥੇ ਆ ਕਹਿੰਦਾ ਪ੍ਰੂਫ ਦਿਗਾ ਮੈਂ ਕਿਹਾ ਬਾਈ ਦੇ ਦੀ ਮੰਨੀ ਨਹੀਂ ਉਹਨੇ ਮੇਰੀ ਗੱਲ ਮੈਂ ਕਿਹਾ 400 ਪਰਵਾਹ ਰਹਿੰਦਾ ਉਹ ਬੰਦੇ ਨੇ ਟੰਗ ਨਾਲ ਗੱਲ ਨਹੀਂ ਕੀਤੀ ਨਾ ਮੇਰੀ ਟੰਗ ਨਾਲ ਗੱਲ ਸੁਣੀਆ ਖੜ ਕੇ ਉੱਥੇ ਫਿਰ ਮੈਂ ਉੱਥੇ 1 ਮਿੰਟ ਨਹੀਂ ਖੜਿਆਗਾ ਮੈਂ ਇਥੋਂ ਸਮਰਾਲੇ ਤੋਂ ਸੁਧਾਣੇ ਉਹਦੇ ਪਿੰਡ ਕਿੰਨੀ ਦੂਰ ਪੈਂਦਾ ਮੋਟਰਸਾਈਕਲ ਤੇ ਕੱਲਾ ਗਿਆ ਸੀ ਸ਼ਾਮ ਦੇ 6 ਵਜੇ ਹੋਏ ਸੀ ਉਹ ਬੰਦੇ ਨੇ ਮੈਨੂੰ ਐ ਵੀ ਨਹੀਂ ਕਿਹਾ ਭਾਈ ਇਨੀ ਦੂਰੋਂ ਆਇਆ ਤੂੰ ਤੂੰ ਇੱਥੇ ਮੇਰੀ ਜਾਨ ਨੂੰ ਚਲੋ ਖਤਰਾ ਘਰੇ ਨਹੀਂ ਰੋਕ ਸਕਦਾ ਮੈਂ ਗੁਰਦੁਆਰੇ ਪ੍ਰਬੰਧ ਕਰ ਦੇਣਾ ਜਾਂ ਕਿਸੇ ਦੇ ਘਰੇ ਪ੍ਰਬੰਧ ਕਰ ਦੇਣਾ ਰੁਕਣ ਦਾ ਤੇਰਾ ਰੋਟੀ ਪਾਣੀ ਘਰੋਂ ਬਣਾ ਕੇ ਭੇਜ ਦਊਗਾ ਆਏ ਵੀ ਨਹੀਂ ਆਉਣੇ ਬੰਦੇ ਨੇ ਕਿਹਾ ਮੈਨੂੰ ਸ਼ਾਮ ਦਾ ਪੇੜਾ ਉਹ ਕਹਿੰਦਾ ਸ਼ਨੀਵਾਰ ਨੂੰ ਮਿਲਣਾ ਹੀ ਮੈਂ ਤਾਂ ਸ਼ਨੀਵਾਰ ਨੂੰ ਮਿਲਦਾ ਮੈਂ ਕਿਹਾ ਭਾਈ ਮੈਂ ਇੰਨੀ ਦੂਰੋਂ ਆਇਆ ਕਹਿੰਦਾ ਫਿਰ ਕੀ ਹੋ ਗਿਆ ਕਹਿੰਦਾ ਤੂੰ ਸ਼ਨੀਵਾਰ ਨੂੰ ਆਈ ਇਹ ਜਿਹੜੇ ਬੰਦੇ ਨੇ ਇਹ ਜਿਹੜੇ ਕਹਿੰਦੇ ਅਸੀਂ ਨਾਲ ਖੜੇ ਆ ਅਸਲ 'ਚ ਨਹੀਂ ਖੜਦੇ ਆਂਗੇ ਦੋਖ ਹੁੰਦਾ ਮੈਂ ਵੀ 4-5 ਸਾਲ ਦਾ ਉਹਨੂੰ ਸੁਣਦਾ ਸੀ ਪਰ ਹੁਣ ਮੈਨੂੰ ਪਤਾ ਲੱਗ ਗਿਆ ਕੋਣ ਆ ਇਹ ਇਹ ਬੰਦੇ ਬਸ ਇੱਥੇ ਕੁਰਸੀ ਹੀ ਭਾਲਦੇ ਫਿਰਦੇ ਨੇ ਹੋਰ ਕੁਝ ਨਹੀਂ ਬਾਹਰ ਵਾਲੇ ਬਹੁਤ ਯਕੀਨ ਕਰਦੇ ਇਹਨਾਂ ਨੂੰ ਤੇ ਪਤਾ ਨਹੀਂ ਕੀ ਰੱਖੇ ਸੁਧਾਣੇ ਉਹਨਾਂ ਨੇ ਕੀ ਕਰ ਦੇਣਾ ਪਰ ਅਸਲ 'ਚ ਥੋੜੇ ਸਾਹਮਣੇ ਆ ਮੈਂ ਵੀ 4-5 ਸਾਲ ਦਾ ਉਹਨੂੰ ਸੁਣਦਾ ਸੀ ਪਰ ਹੁਣ ਦੁੱਖ ਹੁੰਦਾ ਕੀ ਇਹ ਲੋਕ ਕੀ ਕਹਿੰਦੇ ਨੇ ਤੇ ਕੀ ਕਰਦੇ ਫਿਰਦੇ ਨੇ ਧੰਨਵਾਦ ਜੀ ਸ਼ੇਅਰ ਕਰ ਦਿਓ ਵੱਧ ਤੋਂ ਵੱਧ